ਧੱਕਾ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਕਿਸਾਨੀ ਅੰਦੋਲਨ ਨੂੰ। ਸੋਚਦੇ ਆ ਕਿ ਧੱਕਾ ਕਰਕੇ ਝੂਠੇ ਕੇਸ ਬਣਾ ਕੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਕੇ, ਪਰ ਬੜੀ ਗਲਤ ਫਹਿਮੀ 'ਚ ਹੈ। ਪਹਿਲੇ ਇਹਨਾਂ ਨੇ NIA ਨੂੰ ਵਰਤਿਆ, ਜਿਹੜੇ ਵਰਕਰ ਜਾਂ ਲੀਡਰ ਉੱਥੇ ਹਿੱਸਾ ਲੈ ਰਹੇ ਸੀ ਉਹਨਾਂ ਦੇ ਝੂਠੇ NIA ਦੇ ਕੇਸ ਬਣਾਏ। ਹੁਣ ਇਹਨਾਂ ਨੇ ਮਨਜਿੰਦਰ ਸਿੰਘ ਸਰਸਾ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ, ਜਿਨ੍ਹਾਂ ਨੇ ਉੱਥੇ ਲੰਗਰ ਦੀ ਸੇਵਾ ਲਾਈ ਹੈ, ਅੱਜ ਉਹਨਾਂ ਦੇ ਝੂਠਾ ਪੇਸ਼ ਕੀਤਾ ਹੈ। ਅਤੇ ਉੱਥੋਂ ਦੇ ਕਮਿਸ਼ਨਰ ਪੁਲਿਸ ਨੇ ਟੈਲੀਫੋਨ ਕਰਕੇ ਧਮਕੀ ਵੀ ਦਿੱਤੀ ਹੈ ਮਨਜਿੰਦਰ ਸਿੰਘ ਸਰਸਾ ਨੂੰ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਪੁਲਿਸ ਦਾ ਮਤਲਬ ਕਿਸੇ ਨੂੰ ਡਰਾਉਣਾ ਨਹੀਂ, ਧਮਕਾਉਣਾ ਨਹੀਂ। ਪੁਲਿਸ ਦਾ ਕੰਮ ਇਨਸਾਫ ਦੇਣਾ, ਅਤੇ ਝੂਠੇ ਕੇਸ ਪਾਉਣੇ ਉਸ ਇਨਸਾਨ 'ਤੇ ਜਿਹੜੇ ਇਹ ਸੰਘਰਸ਼ 'ਚ ਵੀ, ਅਤੇ ਜਦੋਂ ਕਰੋਨਾ ਦੀ ਲੜਾਈ ਸੀ, ਸਭ ਤੋਂ ਵੱਧ ਸੇਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਅਤੇ ਮਨਜਿੰਦਰ ਸਿੰਘ ਸਰਸਾ ਨੇ ਅਗਵਾਈ ਹੇਠ ਕੀਤੀ। ਉਦੋਂ ਤੋਂ ਸਾਰੀ ਸੈਂਟਰ ਸਰਕਾਰ ਨੂੰ ਸ਼ਾਬਾਸ਼ੀ ਦੇ ਰਹੀ ਸੀ ਕਿ ਇੰਨੀ ਵੱਡੀ ਸੇਵਾ ਕੀਤੀ ਹੈ, ਲੱਖਾਂ ਲੋਕਾਂ ਨੂੰ, ਸੰਗਤਾਂ ਨੂੰ ਲੰਗਰ ਦੇ ਰਿਹਾ। ਅੱਜ ਕਿਉਂਕਿ ਲੰਗਰ ਉਹਨਾਂ ਨੇ ਗਰੀਬ ਕਿਸਾਨਾਂ ਨੂੰ ਤਾਂ ਧੱਕਾਰ ਬਹੁਤ ਵੱਡਾ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ। ਸੋਚਦੇ ਆ ਕਿ ਧੱਕਾ ਕਰਕੇ ਝੂਠੇ ਕੇਸ ਬਣਾ ਕੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਕੇ, ਪਰ ਬੜੀ ਗਲਤ ਫਹਿਮੀ 'ਚ ਹੈ। ਪਹਿਲੇ ਇਹਨਾਂ ਨੇ NIA ਨੂੰ ਵਰਤਿਆ, ਜਿਹੜੇ ਵਰਕਰ ਜਾਂ ਲੀਡਰ ਉੱਥੇ ਹਿੱਸਾ ਲੈ ਰਹੇ ਸੀ ਉਹਨਾਂ ਦੇ ਝੂਠੇ NIA ਦੇ ਕੇਸ ਬਣਾਏ। ਹੁਣ ਇਹਨਾਂ ਨੇ ਮਨਜਿੰਦਰ ਸਿੰਘ ਸਰਸਾ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ, ਜਿਨ੍ਹਾਂ ਨੇ ਉੱਥੇ ਲੰਗਰ ਦੀ ਸੇਵਾ ਲਾਈ ਹੈ, ਅੱਜ ਉਹਨਾਂ ਦੇ ਝੂਠਾ ਪੇਸ਼ ਕੀਤਾ ਹੈ। ਅਤੇ ਉੱਥੋਂ ਦੇ ਕਮਿਸ਼ਨਰ ਪੁਲਿਸ ਨੇ ਟੈਲੀਫੋਨ ਕਰਕੇ ਧਮਕੀ ਵੀ ਦਿੱਤੀ ਹੈ ਮਨਜਿੰਦਰ ਸਿੰਘ ਸਰਸਾ ਨੂੰ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਪੁਲਿਸ ਦਾ ਮਤਲਬ ਕਿਸੇ ਨੂੰ ਡਰਾਉਣਾ ਨਹੀਂ, ਧਮਕਾਉਣਾ ਨਹੀਂ। ਪੁਲਿਸ ਦਾ ਕੰਮ ਇਨਸਾਫ ਦੇਣਾ, ਅਤੇ ਝੂਠੇ ਕੇਸ ਪਾਉਣੇ ਉਸ ਇਨਸਾਨ 'ਤੇ ਜਿਹੜੇ ਇਹ ਸੰਘਰਸ਼ 'ਚ ਵੀ, ਅਤੇ ਜਦੋਂ ਕਰੋਨਾ ਦੀ ਲੜਾਈ ਸੀ, ਸਭ ਤੋਂ ਵੱਧ ਸੇਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਅਤੇ ਮਨਜਿੰਦਰ ਸਿੰਘ ਸਰਸਾ ਨੇ ਅਗਵਾਈ ਹੇਠ ਕੀਤੀ। ਉਦੋਂ ਤੋਂ ਸਾਰੀ ਸੈਂਟਰ ਸਰਕਾਰ ਨੂੰ ਸ਼ਾਬਾਸ਼ੀ ਦੇ ਰਹੀ ਸੀ ਕਿ ਇੰਨੀ ਵੱਡੀ ਸੇਵਾ ਕੀਤੀ ਹੈ, ਲੱਖਾਂ ਲੋਕਾਂ ਨੂੰ, ਸੰਗਤਾਂ ਨੂੰ ਲੰਗਰ ਦੇ ਰਿਹਾ। ਅੱਜ ਕਿਉਂਕਿ ਲੰਗਰ ਉਹਨਾਂ ਨੇ ਗਰੀਬ ਕਿਸਾਨਾਂ ਨੂੰ ਦਿੱਤਾ।